ਰੈਡੀ ਮੇਰੀ 5 ਸਾਲਾ ਲੜਕੀ ਮਿੰਨੀ ਇੱਕ ਮਿੰਟ ਵੀ ਬੋਲੇ ਬਿਨਾ ਰਹਿ ਨਹੀਂ ਸਕਦੀ ਡੰਡੀ ਇੱਕ ਦਿਨ ਉਸਨੇ ਕਿਹਾ ਬਾਉ ਜੀ RAM ਦਿਆਲ ਦਰਵਾਰੀ ਹੈ ਨਾ ਉਹ ਕਾਕ ਨੂੰ ਕਾ ਕਹਿੰਦੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਡੰਡੀ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ ਉਸਨੇ ਇੱਕ ਹੋਰ ਗੱਲ ਸ਼ੁਰੂ ਕੀਤੀ ਵੇਖੋ ਬਾਬੂ ਜੀ ਪੋਲਾ ਨੇ ਕਿਹਾ ਅਸਮਾਨ ਵਿੱਚ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ ਇਹਦੇ ਨਾਲ ਮੀਂਹ ਪੈਂਦਾ ਹੈ ਬਾਊ ਜੀ ਬਾਊ ਜੀ ਪੋਲਾ ਝੂਠ ਬੋਲਦਾ ਹੈ ਨਾ ਪ੍ਰਸੰਜਨ ਫਿਰ ਉਹ ਖੇਡਣ ਲੱਗ ਪਈ ਡੰਡੀ ਮੇਰਾ ਘਰ ਸੜਕ ਦੇ ਇੱਕ ਪਾਸੇ ਹੈ ਡੰਡੀ ਇੱਕ ਦਿਨ ਮਿੰਨੀ ਮੇਰੇ ਕਮਰੇ ਵਿੱਚ ਖੇਡ ਰਹੀ ਸੀ ਤੇ ਅਚਾਨਕ ਉਹ ਖੇਡ ਨੂੰ ਛੱਡ ਕੇ ਖਿੜਕੀ ਦੇ ਨੇੜੇ ਖੜੇ ਹੋ ਕੇ ਉੱਚੀ ਆਵਾਜ਼ ਵਿੱਚ ਬੋਲੀ ਕਾਬੁਲੀ ਵਾਲੇ ਓ ਕਾਬੁਲੀ ਵਾਲੇ ਮੋੜੇ ਉੱਤੇ ਮੇਵੇ ਦੀ ਚੋਲੀ ਹੱਥ ਵਿੱਚ ਅੰਗੂਰ ਲਈ ਇੱਕ ਲੰਮਾ ਕਾਬੁਲੀ ਵਾਲਾ ਸੜਕ ਉੱਤੇ ਹੌਲੀ-ਹੌਲੀ ਚੱਲ ਰਹੀ ਸੀ ਡੰਡੀ ਜਦੋਂ ਉਹਨੇ ਘਰ ਵੱਲ ਆਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਮਿੰਨੀ ਅੰਦਰ ਭੱਜ ਗਈ ਡੰਡੀ ਉਹ ਡਰਦੀ ਸੀ ਕਿ ਉਹ ਉਸ ਨੂੰ ਫੜ ਕੇ ਲੈ ਜਾਵੇਗਾ ਡੰਡੀ ਉਸ ਨੂੰ ਇੱਕ ਲੱਗ ਰਿਹਾ ਸੀ ਕਿ ਕਾਬਲੀ ਵਾਲੇ ਦੀ ਚੋਲੀ ਵਿੱਚ ਹੋਰ ਵੀ ਜਵਾਕ ਨੇ ਡੰਡੀ ਕਾਬਲੀ ਵਾਲੇ ਨੇ ਹੱਸ ਕੇ ਮੈਨੂੰ ਸਲਾਮ ਕੀਤਾ ਡੰਡੀ ਮੈਂ ਉਸ ਤੋਂ ਸੌਦਾ ਖਰੀਦਿਆ ਫਿਰ ਉਸ ਨੇ ਕਿਹਾ बाबू ਸਾਹਿਬ ਤੁਹਾਡੀ ਕੁੜੀ ਕਿੱਥੇ ਗਈ ਪ੍ਰਸ਼ਨ ਚਿੰਨ ਮੈਂ ਮੰਨੀ ਦੇ ਡਰ ਨੂੰ ਦੂਰ ਰੈਡੀ ਕਰਨ ਲਈ ਉਸ ਨੂੰ ਬੁਲਾਇਆ ਅਤੇ ਕਾਬਲੀ ਵਾਲੇ ਨੇ ਝੋਲੀ ਵਿੱਚੋਂ ਸੌਂਗੀ ਅਤੇ ਬਦਾਮ ਕੱਢੇ ਪਰ ਉਸ ਨੇ ਕੁਝ ਵੀ ਨਹੀਂ ਲਿੱਤਾ ਡੰਡੀ ਡਰ ਕੇ ਹੋ ਮੇਰੇ ਗੋਡੇ ਦੇ ਨਾਲ ਚਿੰਬੜ ਗਈ ਡੰਡੀ ਕਾਬਲੀ ਵਾਲੇ ਨਾਲ ਉਸ ਦੀ ਪਹਿਲੀ ਜਾਣ ਪਛਾਣ ਇਸ ਤਰ੍ਹਾਂ ਦੀ ਰਹੀ ਡੰਡੀ ਕੁਝ ਦਿਨ ਬਾਅਦ ਮੈਂ ਕੁਝ ਜ਼ਰੂਰੀ ਕੰਮ ਤੋਂ ਬਾਹਰ ਜਾ ਰਿਹਾ ਸੀ ਡੰਡੀ ਮੈਂ ਦੇਖਿਆ ਕਿ ਮਿੰਨੀ ਕਾਬਲੀ ਵਾਲੇ ਨਾਲ ਕਾਫੀ ਗੱਲਾਂ ਕਰ ਰਹੀ ਹੈ ਅਤੇ ਕਾਬੁਲੀ ਵਾਲਾ ਸੁਣ ਕੇ ਹੱਸ ਰਿਹਾ ਹੈ ਡੰਡੀ ਮਿੰਨੀ ਦੀ ਝੋਲੀ ਬਦਾਮ ਤੇ ਸੌਂਗੀ ਨਾਲ ਭਰੀ ਹੋਈ ਹੈ ਡੰਡੀ ਮੈਂ ਕਾਬੁਲੀ ਵਾਲਾ ਨੂੰ ਅਠਿਆਨੀ ਦਿੱਤੀ ਅਤੇ ਕਿਹਾ ਤੁਸੀਂ ਇਹ ਸਭ ਕਿਉਂ ਦਿੱਤਾ ਪ੍ਰਸ਼ਨ ਜਨ ਹੁਣ ਨਾ ਦਿਓ ਫਿਰ ਮੈਂ ਬਾਹਰ ਚਲਾ ਗਿਆ ਡੰਡੀ ਕਾਬਲੀਬਾਲਾ ਮਿੰਨੀ ਦੇ ਨਾਲ ਕੁਝ ਦੇਰ ਤੱਕ ਗੱਲਾਂ ਕਰਦਾ ਰਿਹਾ ਤੇ ਜਾਣ ਲੱਗਾ ਉਹ ਅਠਿਆਨੀ ਮਿੰਨੀ ਦੀ ਝੋਲੀ ਵਿੱਚ ਰੱਖ ਗਿਆ ਡੰਡੀ ਜਦੋਂ ਮੈਂ ਘਰ ਪਰਤਿਆ ਮੈਂ ਵੇਖਿਆ ਕਿ ਉਸ ਦੀ ਮਾਂ ਇਸ ਕਾਰਨ ਬਹੁਤ ਗੁੱਸੇ ਹੋ ਰਹੀ ਸੀ ਡੰਡੀ ਕਾਬਲੀ ਵਾਲਾ ਹਰ ਰੋਜ਼ ਆਉਂਦਾ ਤੇ ਉਸ ਨੂੰ ਬਦਾਮ ਕਿਸ਼ਮਿਸ਼ ਦੇ ਕੇ ਉਸ ਦੇ ਛੋਟੇ ਜਿਹੇ ਦਿਲ ਵਿੱਚ ਕਾਫੀ ਜਗ੍ਹਾ ਬਣਾ ਲਈ ਡੰਡੀ ਦੋਹਾਂ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਅਤੇ ਉਹ ਬਹੁਤ ਹੱਸਦੇ ਡੰਡੀ ਰਹਿਮਤ ਕਾਬਲੀ ਵਾਲੇ ਨੂੰ ਦੇਖ ਕੇ ਮੇਰੀ ਕੁੜੀ ਹੱਸਦੀ ਅਤੇ ਪੁੱਛਦੀ ਕਾਬਲੀ ਵਾਲੇ ਕਾਬਲੀ ਵਾਲੇ ਤੇਰੀ ਝੋਲੀ ਵਿੱਚ ਕੀ ਹੈ ਪ੍ਰਸ਼ਨ ਚਿੰਨ ਰਹਿਮਤ ਹੱਸ ਕੇ ਕਹਿੰਦਾ ਹਾਥੀ ਡੰਡੀ ਫਿਰ ਉਹ ਮਿੰਨੀ ਨੂੰ ਕਹਿੰਦਾ ਤੁਸੀਂ ਸਹਰੇ